ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਪੰਜਾਬੀ ਰੀਡਰ 7 8 2019 ਐਡੀਸ਼ਨ ਲੈਸਨ ਪੰਜ ਲੈਸਨ 5 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਇੱਕ ਬਹੁਤ ਪਿਆਰੀ ਸਾਖੀ ਪੜ੍ਹਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਵਿੱਚ ਪਾਠ 5.1 ਗੁਰੂ ਨਾਨਕ ਦੇਵ ਜੀ ਦਾ ਬਗਦਾਦ ਦੇ ਬਹਿਲੋਲ ਸ਼ਾ ਨਾਲ ਮਿਲਾਬ ਇਹ ਮੈਕਸ ਕਥਾ ਸੁਣਿਸੀ ਸੰਤ ਸਿੰਘ ਮਸਕੀਨ ਜੀ ਦੀ ਹੈ ਉਹਦੇ ਤੇ ਆਧਾਰਿਤ ਹੈ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ YouTube ਤੇ ਜਾ ਕੇ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣ ਸਕਦੇ ਹੋ ਅਰਬ ਦੇਸ਼ਾਂ ਵਿੱਚ ਇੱਕ ਦੇਸ਼ ਇਰਾਕ ਹੈ ਇਰਾਕ ਵਿੱਚ ਇੱਕ ਵੱਡਾ ਸ਼ਹਿਰ ਬਗਦਾਦ ਹੈ ਬਗਦਾਦ ਵਿੱਚ ਇੱਕ ਵੱਡਾ ਪੀਰ ਦਸਤਗੀਰ ਬਹਿਲੋਲ ਸ਼ਾਹ ਰਹਿੰਦਾ ਸੀ ਪੀਰ ਇਸ ਦਾ ਸੇਂਟ ਰਾਈਟ ਪੀਰ ਦਾ ਮਤਲਬ ਹੈ ਧਾਰਮਿਕ ਪੁਰਸ਼ ਦਸਤਗੀਰ ਦਾ ਮਤਲਬ ਹੈ ਜੋ ਦੂਸਰਿਆਂ ਦੀ ਮਦਦ ਕਰਦਾ ਹੋਵੇ ਵਲਾਪੁਰਸ਼ ਚੰਗਾ ਬੰਦਾ ਉਹ ਅਮੀਰ ਵੀ ਸੀ ਤੇ ਉਹ ਧਰਮ ਦਾ ਪੀਰ ਵੀ ਸੀ ਉਹ ਜਿਵੇਂ ਬਗਦਾਦ ਦਾ ਰਾਜਾ ਸੀ ਉਸਨੇ ਰਾਗ ਵਿੱਚ ਗੀਤ ਗਾਉਣ ਦੀ ਮਨਾਹੀ ਕੀਤੀ ਹੋਈ ਸੀ ਕਿਉਂਕਿ ਇਹ ਰੀਤ ਇਸਲਾਮ ਦੇ ਖਿਲਾਫ ਹੈ ਗੁਰਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਇੱਕ ਉਦਾਸੀ ਅਰਬ ਦੇਸ਼ਾਂ ਦੀ ਸੀ ਇਰਾਕ ਦੇਸ਼ ਦੇ ਸ਼ਹਿਰ ਬਗਦਾਦ ਗਏ ਸ਼ੇਰ ਤੋਂ ਬਾਅਦ ਬੈਠ ਗਏ ਭਾਈ ਮਰਦਾਨੇ ਨੇ ਰਬਾਬ ਛੇੜੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਉਹਨਾਂ ਦੇ ਆਸ-ਪਾਸੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਗੁਰੂ ਜੀ ਨੂੰ ਗੰਦੇ ਸੁਣਿਆ ਉਹਨਾਂ ਨੂੰ ਗੁੱਸਾ ਚੜ ਗਿਆ ਪੀਰ ਦਸਤਗੀਰ ਕੋਲ ਸ਼ਿਕਾਇਤ ਕੀਤੀ ਕਿ ਇੱਕ ਹਿੰਦੀ ਫਕੀਰ ਸਤ ਕਰਤਾਰ ਦੀ ਬਾੰਗ ਦਿੰਦਾ ਹੈ ਅਤੇ ਰਾਗ ਵਿੱਚ ਗਾਉਂਦਾ ਹੈ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਉਹ ਤਖਤ ਤੇ ਬੈਠਾ ਸੀ ਤੇ ਗੁਰੂ ਜੀ ਉਸ ਦੇ ਸਾਹਮਣੇ ਖੜੇ ਸਨ ਉਸ ਨੇ ਗੁਰੂ ਜੀ ਨੂੰ ਦੇਖਿਆ ਉਸ ਨੂੰ ਗੁਰੂ ਜੀ ਵਿੱਚ ਰੋਹਾਨੀ ਨੂਰ ਦਿਸਿਆ ਪਰ ਉਸ ਨੇ ਲੋਕਾਂ ਦੀ ਸ਼ਿਕਾਇਤ ਵੀ ਪੂਰੀ ਕਰਨੀ ਸੀ ਗੁਰੂ ਜੀ ਨੂੰ ਦੇਖ ਕੇ ਕਹਿੰਦਾ ਐ ਹਿੰਦੀ ਪੀਰ ਮੈਂ ਸੁਣਿਆ ਹੈ ਕਿ ਤੁਸੀਂ ਸਾਡੇ ਦੇਸ਼ ਵਿੱਚ ਆ ਕੇ ਊਲ ਜਲੂਲ ਬੋਲਦੇ ਹੋ ਸਤ ਕਰਤਾਰ ਦੀ ਬਾੰਗ ਦਿੰਦੇ ਹੋ ਰਾਗ ਵਿੱਚ ਗਾਉਂਦੇ ਹੋ ਰਾਗ ਵਿੱਚ ਗਾਉਣਾ ਇਸਲਾਮ ਦੇ ਖਿਲਾਫ ਹੈ ਅਤੇ ਇਸ ਦੀ ਸਜ਼ਾ ਸੰਗਸਾਰ ਹੈ ਪਰ ਤੁਸੀਂ ਰੱਬ ਦੇ ਫਕੀਰ ਲੱਗਦੇ ਹੋ ਮੇਰੇ ਮਨ ਵਿੱਚ ਕੁਝ ਸਵਾਲ ਹਨ ਜੇਕਰ ਤੁਸੀਂ ਉਹਨਾਂ ਦੇ ਠੀਕ ਜਵਾਬ ਦੇ ਸਕੋਗੇ ਤਾਂ ਮੈਂ ਆਪਣਾ ਸੀਸ ਤੁਹਾਡੇ ਪੈਰਾਂ ਤੇ ਰੱਖ ਦਿਆਂਗਾ ਤੇ ਜੇਕਰ ਤੁਹਾਡੇ ਜਵਾਬ ਠੀਕ ਨਾ ਹੋਏ ਤਾਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਦੇਾਂਗੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਪੀਰ ਦਸਤਗੀਰ ਅਸੀਂ ਤੇਰੀ ਸਜ਼ਾ ਤੋਂ ਨਹੀਂ ਡਰਦੇ। ਅਸੀਂ ਤਾਂ ਕਰੋ ਸਵਾਲਾਂ ਦੇ ਜਵਾਬ ਦੇਣ ਲਈ ਹੀ ਨਿਕਲੇ ਹਾਂ। ਤੁਸੀਂ ਸੰਗੀਤ ਦੀ ਗੱਲ ਕੀਤੀ ਹੈ। ਪੀਰ ਜੀ ਸੰਗੀਤ ਤਾਂ ਰੱਬ ਦੇ ਨਾਮ ਨੂੰ ਰੱਬ ਦੀ ਉਸਤਤ ਨੂੰ ਸਾਡੇ ਦਿਲਾਂ ਵਿੱਚ ਉਤਾਰ ਸਕਦਾ ਹੈ। ਸਾਰੀ ਕੁਦਰਤ ਵਿੱਚ ਸੰਗੀਤ ਚੱਲ ਰਿਹਾ ਹੈ ਅਤੇ ਸਾਨੂੰ ਹਵਾ ਵਿੱਚੋਂ ਪਾਣੀ ਦੇ ਚਰਨੇ ਵਿੱਚੋਂ ਸ਼ਹਿਦ ਦੀ ਮੱਖੀ ਦੀ ਪਿੰਪਿਨਾਹਟ ਵਿੱਚੋਂ ਸੁਣਦਾ ਹੈ ਜਦ ਵੀ ਮਨ ਸ਼ਾਂਤ ਅਤੇ ਖੁਸ਼ ਹੁੰਦਾ ਹੈ ਸਾਡੇ ਗਲੇ ਵਿੱਚੋਂ ਸੰਗੀਤ ਨਿਕਲਦਾ ਹੈ ਸੰਗੀਤ ਤਾਂ ਕੁਦਰਤ ਦਾ ਰੋਹਾਨੀ ਤੋਫਾ ਹੈ ਗੁਰੂ ਜੀ ਦੇ ਬਚਨ ਪੀਰ ਨੂੰ ਚੰਗੇ ਲੱਗੇ ਜੋ ਲੋਕ ਉਹਨਾਂ ਨੂੰ ਪੱਥਰ ਮਾਰਨ ਆਏ ਸਨ ਉਹ ਵੀ ਚੁੱਪ ਕਰ ਗਏ ਅਤੇ ਗੁਰੂ ਜੀ ਦੇ ਕੋਲ ਹੀ ਬੈਠ ਗਏ ਸਭ ਇੱਕ ਛੋਟੀ ਜੀ ਸਾਖੀ ਹੈ ਅਗਲੇ ਕੁਝ ਸਾਖਿਆਂ ਵਿੱਚ ਅਸੀਂ ਪੜਾਂਗੇ ਕਿ ਉਹ ਪ੍ਰਸ਼ਨ ਕੀ ਸੀ ਤੇ ਗੁਰੂ ਜੀ ਨੇ ਉਹਨਾਂ ਦੇ ਉੱਤਰ ਕੀ ਦਿੱਤੇ ਇਸ ਸਾਖੀ ਦੇ ਵਿੱਚ 442 ਸ਼ਬਦ ਨੇ ਤੇ ਤੁਹਾਨੂੰ ਕਿੰਨੇ ਮਿੰਟ ਲੱਗਣਗੇ ਇਹ ਪੜਨ ਵਾਸਤੇ ਤੁਸੀਂ ਟਾਈਮਰ ਲਾ ਕੇ ਪੜ ਕੇ ਦੇਖਣਾ ਤੁਹਾਨੂੰ ਸ਼ਾਇਦ 6 ਮਿੰਟ 5 ਮਿੰਟ ਲੱਗਣੇ ਚਾਹੀਦੇ ਨੇ ਇਸ ਤੋਂ ਜ਼ਿਆਦਾ ਨਹੀਂ ਠੀਕ ਹੈ ਬਿਆਸ 5.2 ਗੁਰੂ ਨਾਨਕ ਦੇਵ ਜੀ ਦਾ ਬਗਦਾਦ ਦੇ ਬਹਿਲੋਲ ਸ਼ਾਹ ਨਾਲ ਮਿਲਪ ਇਤਾਂ ਖਾਲੀ ਥਾਂ ਵਿੱਚ ਠੀਕ ਸ਼ਬਦ ਲਿਖੋ ਗੁਰੂ ਨਾਨਕ ਦੇਵ ਜੀ ਬਲੈਂਕ ਦੇਸ਼ ਦੇ ਸ਼ਹਿਰ ਬਲੈਂਕ ਵਿੱਚ ਗਏ ਕਿਹੜੇ ਕਿਹੜੇ ਦੇਸ਼ ਵਿੱਚ ਗਏ ਕਿਹੜੇ ਸ਼ਹਿਰ ਵਿੱਚ ਗਏ ਇਰਾਕ ਦੇਸ਼ ਦੇ ਸ਼ਹਿਰ ਬਗਦਾਦ ਵਿੱਚ ਗਏ ਉੱਥੇ ਉਹ ਸ਼ਹਿਰ ਤੋਂ ਬਾਹਰ ਬਲੈਂਕ ਗਏ ਨਾਲ ਬਲੈਂਕ ਸੀ ਗੁਰੂ ਨਾਨਕ ਦੇਵ ਜੀ ਨੇ ਪਾਈ ਬਲੈਂਕ ਨਾਲ ਮਿਲ ਕੇ ਬਲੈਂਕ ਕਰਨਾ ਸ਼ੁਰੂ ਕਰ ਦਿੱਤਾ ਸੋ ਜਦੋਂ ਤੁਸੀਂ ਇਹ ਦੁਬਾਰਾ ਪੜੋਗੇ ਤਾਂ ਤੁਹਾਨੂੰ ਸਾਰੇ ਸ਼ਬਦ ਯਾਦ ਆ ਜਾਣਗੇ ਜੇ ਤੁਹਾਨੂੰ ਸਾਖੀ ਆਲਰੇਡੀ ਯਾਦ ਹੈ ਤਾਂ ਤੁਹਾਨੂੰ ਪਤਾ ਕਿ ਕਿਹੜੇ ਸ਼ਬਦ ਇੱਥੇ ਆਉਣੇ ਚਾਹੀਦੇ ਨੇ ਹੇਠਾਂ ਲਿਖੇ ਫਿਕਰਿਆਂ ਦੇ ਮਤਲਬ ਲਿਖੋ ਪੈਰਾਂ ਤੇ ਸੀਸ ਰੱਖਣਾ ਠੀਕ ਭਲਾਪੁਰਸ਼ ਬਾੰਗ ਦੇਣਾ ਰੱਬ ਦਾ ਫਕੀਰ ਮਨ ਵਿੱਚ ਸਵਾਲ ਹਿੰਦੀ ਪੀਰ ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਔਲਜਲੂਲ ਮਨਾਹੀ ਖਿਲਾਫ ਤੁਸੀਂ ਇੱਥੋਂ ਵੀ ਕਾਪੀ ਕਰ ਸਕਦੇ ਹੋ ਤੁਸੀਂ ਆਪਣੇ ਵੀ ਲਿਖ ਸਕਦੇ ਹੋ ਕਾਜ ਦਾ ਕੰਮ 5.3 ਗੁਰੂ ਨਾਨਕ ਦੇਵ ਜੀ ਦਾ ਬਗਦਾਦ ਦੇ ਬਹਿਲੋਲ ਸ਼ਾਹ ਨਾਲ ਮਿਲਾਬ ਹੇਠਾਂ ਲਿਖੇ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ ਬਗਦਾਦ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਕੀ ਸ਼ਿਕਾਇਤ ਕੀਤੀ ਯੂ ਰਿਮੈਂਬਰ ਕਿ ਉਹ ਬਾਂਗ ਦਿੰਦੇ ਸਤਕਰਤਾਰ ਦੀ ਬਾਂਗ ਤੇ ਰਾਗ ਵਿੱਚ ਗਾਣੇ ਗਾਉਂਦਾ ਹੈ ਰਾਈਟ ਦਸਤਗੀਰ ਸ਼ਬਦ ਦਾ ਕੀ ਮਤਲਬ ਹੈ ਪੀਰ ਦਸਤਗੀਰ ਦਾ ਪੂਰਾ ਨਾਂ ਕੀ ਸੀ ਅਤੇ ਉਹ ਕਿੱਥੇ ਰਹਿੰਦਾ ਸੀ ਪੀਰ ਦਸਤਗੀਰ ਰਾਗ ਗਾਉਣ ਵਾਲੇ ਨੂੰ ਕੀ ਸਜ਼ਾ ਦਿੰਦਾ ਸੀ ਸੰਗਸਾਰ ਦੀ ਸਜ਼ਾ ਰਿਮੈਂਬਰ ਪੀਰ ਦਸਤਗੀਰ ਨੇ ਗੁਰੂ ਜੀ ਨੂੰ ਸੰਗਸਾਰ ਦੀ ਸਜ਼ਾ ਕਿਉਂ ਨਹੀਂ ਦਿੱਤੀ ਪੀਰ ਦਸਤਗੀਰ ਨੇ ਗੁਰੂ ਜੀ ਨੂੰ ਕੀ ਕਰਨ ਲਈ ਕਿਹਾ ਸੰਸਾਰ ਦੀ ਸਜ਼ਾ ਕਿਵੇਂ ਦਿੱਤੀ ਜਾਂਦੀ ਹੈ ਸਤੂ ਵਿੱਚ ਪਿੱਛੋ ਮਤਲਬ ਬੜਕੋ ਤੇ ਇਹਦਾ ਜਵਾਬ ਲਿਖੋਗੇ ਠੀਕ ਹੈ ਸਾਰੇ ਇਜ਼ੀ ਨਹੀਂ ਹੈ ਮੁਸ਼ਕਲ ਨਹੀਂ ਹੈ ਕੋਈ ਵੀ ਕਾਪੀ దిਸ ਕੰਪਲੀਟ ਸੈਂਟेंसेस ਔਨ ਦਾ ਲਾਈਨਸ ਬਲੋ ਯੂ ਮਾਈਟ ਨੀਡ ਟੂ ਯੂਜ਼ ਟੂ ਲਾਈਨਸ ਫਾਰ ਵਨ ਸੈਂਟੈਂਸ ਠੀਕ ਹੈ ਗੁਰੂ ਨਾਨਕ ਦੇਵ ਜੀ ਇराक ਦੇਸ਼ ਦੇ ਸ਼ਹਿਰ ਬਗਦਾਦ ਵਿੱਚ ਗਏ ਰਾਗ ਵਿੱਚ ਗਾਉਣਾ ਇਸਲਾਮ ਦੇ ਖਿਲਾਫ ਹੈ ਅਤੇ ਇਸ ਦੀ ਸਜ਼ਾ ਸੰਸਾਰ ਹੈ ਜੇਕਰ ਤੁਸੀਂ ਉਹਨਾਂ ਦੇ ਠੀਕ ਜਵਾਬ ਦੇ ਸਕੋਗੇ ਤਾਂ ਮੈਂ ਆਪਣਾ ਸਰੀਰ ਤੁਹਾਡੇ ਪੈਰਾਂ ਤੇ ਰੱਖ ਦਿਆਂਗਾ ਜੇਕਰ ਤੁਹਾਡੇ ਜਵਾਬ ਠੀਕ ਨਾ ਹੋਏ ਤਾਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਦਿਆਂਗੇ ਠੀਕ ਹੈ ਸੋ ਇਹ ਤੁਸੀਂ ਕੰਪਲੀਟ ਸੈਂਟੈਂਸ ਦੁਬਾਰਾ ਪੜ੍ਹ ਕੇ ਕਨੈਕਟ ਕਰਕੇ ਤੇ ਇੱਥੇ ਲਿਖੋਗੇ ਸੋ ਅੱਜ ਇਹ ਨਹੀਂ ਐ ਸਾਖੀ ਸੀ ਆਪਣੇ ਉਮੀਦ ਕਰਦੀਆਂ ਤੁਹਾਨੂੰ ਪੜਨੀ ਥੋੜੀ ਬੈਟਰ ਆਈ ਹੋएगी ਤੁਹਾਨੂੰ ਸਾਖੀ ਚੰਗੀ ਲੱਗੀ ਹੋएगी ਤੇ ਤੁਸੀਂ ਇਹਦੇ ਵਿੱਚੋਂ ਪੰਜਾਬੀ ਵੀ ਸਿੱਖੋਗੇ ਤੇ ਗੁਰੂ ਸਾਹਿਬ ਦੇ ਬਾਰੇ ਵੀ ਕੁਝ ਸਿੱਖਿਆ ਹੋਵੇਗਾ ਤੇ ਦੁਬਾਰਾ ਜ਼ਰੂਰ ਪੜਨਾ ਹਰ ਰੋਜ਼ ਪੰਜਾਬੀ ਤੇ 5-7 ਮਿੰਟ ਜ਼ਰੂਰ ਲਾਓ ਤਾਂ ਕਿ ਤੁਹਾਡੀ ਪੰਜਾਬੀ ਦੀ ਰਵਾਨਗੀ ਵਧੀਆ ਬਣ ਸਕੇ ਚਲੋ ਆਪਾਂ ਫਿਰ ਛੇਤੀ ਮਿਲਦੇ ਹਾਂ ਅਗਲੇ ਲੈਸਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ